ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਆਪਣੇ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਦੌਰਾ ਕਰਨ ਪਹੁੰਚੇ ਤੇ ਕਈ ਨਵੇਂ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਹਲਕੇ ਦੇ ਇਲਾਕਾ ਵਾਸੀਆਂ ਵੱਲੋਂ ਸਿੱਧੂ ਦਾ ਡਟ ਕੇ ਵਿਰੋਧ ਕੀਤਾ ਗਿਆ ਅਤੇ ਉੱਥੇ ਇਲਾਕਾ ਵਾਸੀਆਂ ਨੇ ਕਿਹਾ ਕਿ ਜੋ ਨਵਜੋਤ ਸਿੰਘ ਸਿੱਧੂ ਇਸ ਇਲਾਕੇ ਕੋ ਜਿੱਤ ਕੇ ਵਿਧਾਇਕ ਬਣ ਕੇ ਗਿਆ ਹੈ ਅੱਜ ਤੱਕ ਕਦੀ ਨਹੀਂ ਬਣਿਆ ਅਤੇ ਹੁਣ ਜਦੋਂ ਇਲੈਕਸ਼ਨ ਦਾ ਦੌਰ ਨੇੜੇ ਆ ਗਿਆ ਹੈ ਤਾਂ ਉਦੋਂ ਇਹਨਾਂ ਨੂੰ ਇਲਾਕਿਆਂ 'ਚ ਜਾਣਾ ਚੇਤਾ ਆ ਗਿਆ ਹੈ। उन्होंने कहा कि नवजोत सिंह सिद्धू तो पूरा विधानसभा हलका पूर्वी परेशान है कि नवजोत सिंह सिद्धू ने आज तक कोई विकास के कार्य नहीं करवाए अते हुण यह आके उद्घाटन करने शुरू कर गए जो कि उद्घाटन दियां सिर्फ स्लैबा ही याद रह जांदियां हन। इसे नाल ही उन्होंने कहा कि नवजोत सिंह सिद्धू कांग्रेस वालों पंजाब प्रधान लगाया गया है। उसके उदाहरण से बोलते हुए उन्होंने कहा कि जिस तरह बंद के हाथ में माचिस फड़ा दी सी तां उसनू सारा जंगल नू अग लगा दिता सी उसी तरह नवजोत सिंह सिद्धू का हाल है। इन्होंने सिर्फ पंजाब का बेड़ा ही गर्क करना है और कुछ भी नहीं। अमृतसर तो गुरदेव सिंह की रिपोर्ट लाइव भारत। ਕੋਈ ਸ਼ਰੇਆਮ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਰਾਜ ਹੋ ਰਿਹਾ ਹੈ, ਇਹਦਾ ਸਭ ਸਭ ਸਿੱਧੂ ਸਾਹਿਬ ਕਰਾ ਰਹੇ ਹੈ। ਇਹਦਾ ਦੇਖੋ ਜੀ, ਇੰਨੀ ਗੁੰਡਾਗਰਦੀ ਦੇਖੋ, ਸਾਰਾ ਮੁਹੱਲਾ ਸਾਰਾ ਈਸਟ ਹਲਕਾ ਇਹਨਾਂ ਤੋਂ ਪਰੇਸ਼ਾਨ ਆ। ਇਹਨਾਂ ਦਾ ਕਬਜ਼ਾਧਾਰੀ ਬੰਦੇ ਆ, ਇਹਨਾਂ ਦੇ ਉੱਪਰ ਪੁਲਿਸ ਵੀ ਇਹਨਾਂ ਨਾਲ ਰਲੀ ਹੋਈ ਆ। ਸ਼ਰੇਆਮ ਧੱਕਾ ਕਰਦੇ ਆ, ਸ਼ਰੇਆਮ ਧੱਕਾ, ਸ਼ਰੇਆਮ ਕੌਂਸਲਰ ਵੱਲੋਂ ਲਗਾਤਾਰ ਮਿਲਣ ਵਾਸਤੇ ਕੋਈ ਨੀ ਆਇਆ ਜੀ। ਸਾਡੇ 4 ਸਾਲ ਸੁੱਤੇ ਹੀ ਹੈ, ਸਾਡੇ 4 ਸਾਲ ਕਿੱਥੇ ਹੀ ਸਿੱਧੂ ਸਾਹਿਬ, ਸਾਡੇ 4 ਸਾਲ ਬਾਅਦ ਅੱਜ ਇਹਨਾਂ ਨੂੰ ਯਾਦ ਆ ਗਿਆ। ਮੁਲਾਕਾਤ ਅਸੀਂ ਨੀ ਕਰਦੇ, ਅਸੀਂ ਸਾਨੂੰ ਨੀ ਲੋੜ ਹੈਗੀ ਮੁਲਾਕਾਤ ਕਰਨ ਦੀ, ਇਹ ਧੱਕੇ ਸ਼ਾਹੀ ਆ। ਆਪਾਂ ਸਾਡੀ ਪਾਰਟੀ ਜਿਹੜੀ ਆ, ਆਪਾਂ ਅਸੀਂ ਦੇਖੋ ਜੀ ਲੋਕਾਂ ਦੇ ਸੇਵਾਦਾਰ ਆ, ਇਹ ਲੋਕਾਂ ਦੇ ਨਾਲ ਧੱਕੇ ਸ਼ਾਹੀਆਂ ਕਰਦੇ ਆ ਰਹੇ ਆ, ਲੋਕਾਂ ਨਾਲ ਧੱਕੇ ਸ਼ਾਹੀਆਂ ਕਰਦੇ ਆ ਰਹੇ ਆ। ਉਹ ਬਰਦਾਸ਼ਤ ਨਹੀਂ ਹੋਏਗੀ, ਹੁਣ ਇਹਨਾਂ ਦਾ ਘੜਿਆ ਭਰ ਗਿਆ ਹੈ। ਹੁਣ ਕੋਈ ਪਾਰਟੀ ਬਾਜ਼ੀ ਨਹੀਂ ਜੀ, ਕੋਈ ਪਾਰਟੀ ਬਾਜ਼ੀ ਨਹੀਂ। ਇਹਨਾਂ ਨੇ ਬਦਮਾਸ਼ੀ ਕਰਦੇ, ਇਹਨਾਂ ਦਾ ਕੌਂਸਲਰ, ਇਹਨਾਂ ਦਾ ਚਰਨਦੀਪ ਸਿੰਘ ਬਾਬਾ ਕਬਜ਼ਾਧਾਰੀ ਹੈ। ਇਹ ਦੇਖੋ, ਇਹ ਦੇਖੋ, ਇਹਨਾਂ ਦੀ ਛੱਤ ਦੇ ਉੱਪਰ ਕਬਜ਼ਾ ਕੀਤਾ। ਸ਼ਰੇਆਮ ਧੱਕੇ ਸ਼ਾਹੀ ਨਹੀਂ ਬਰਦਾਸ਼ਤ ਹੋਏਗੀ। ਇਹ ਕਾਂਗਰਸ ਦਾ ਘੜਾ ਭਰ ਗਿਆ ਵਾ, ਹੁਣ ਰਹਿ ਗਏ 6 ਮਹੀਨੇ, ਇਹਨਾਂ ਨੂੰ ਲੱਗ ਜੂ ਪਤਾ। ਦੇਖੋ ਜੀ, ਮੇਰਾ ਨਾਮ ਸਰਜੂ ਦੀਕਸ਼ਿਤ ਹੈ, ਮੈਂ ਹਲਕਾ ਇੰਚਾਰਜ ਪੂਰਬੀ ਲੋਕ ਇਨਸਾਫ਼ ਪਾਰਟੀ ਤੋਂ ਬੈਂ ਸਾਹਿਬ ਵੱਲੋਂ। ਇਹਨਾਂ ਵੱਲੋਂ ਨਿੱਤ ਪ੍ਰਤੀ ਦਿਨ ਜਿਹੜਾ ਵਾ ਧੱਕੇ ਸ਼ਾਹੀ ਕੀਤੀ ਜਾ ਰਹੀ ਹੈ ਵਾਰਡ ਦੇ ਵਿੱਚ, 45 ਨੰਬਰ ਵਾਰਡ 'ਚ, ਠੀਕ ਹੈ ਜੀ। ਇਹਨਾਂ ਦੀ 28 ਸਾਲ ਤੋਂ ਡਿਪਾਰਟਮੈਂਟਲ। ਮੇਰਾ ਨਾਮ ਸਰਜੂ ਦੀਕਸ਼ਿਤ ਹੈ ਜੀ, ਮੈਂ ਹਲਕਾ ਇੰਚਾਰਜ ਈਸਟ ਲੋਕ ਇਨਸਾਫ਼ ਪਾਰਟੀ ਵੱਲੋਂ ਲੋਕਾਂ ਦਾ ਸੇਵਾਦਾਰ ਹਾਂ। ਅੱਜ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ, ਤੁਹਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਕੀ ਕਾਰਨ? ਉਹਦਾ ਕਾਰਨ ਜਿਹੜਾ ਵਾ ਉਹ ਆਮ ਪਬਲਿਕ ਜਾਣ ਚੁੱਕੀ ਹੈ। 4.5 ਸਾਲ ਸੁੱਤਾ ਰਿਹਾ, ਕੁੰਭਕਰਨ ਵੀ 6 ਮਹੀਨੇ ਸੁੰਦਾ ਸੀ, ਉਹ 6 ਮਹੀਨੇ ਬਾਅਦ ਉੱਠ ਜਾਂਦਾ ਸੀ, ਇਹ ਤਾਂ 4.5 ਸਾਲ ਸੁੱਤਾ। 4.5 ਸਾਲ ਬਾਅਦ ਇੱਥੇ ਆ ਕੇ, ਲਓ ਜੀ ਮੈਂ ਫੀਤਾ ਕੱਟਣ ਆਇਆ ਵਾਂ ਜੀ, ਮੈਂ ਗੇਟ ਬਣਾਉਣ ਆਇਆ ਜੀ, ਮੈਂ ਉਹ ਕਰਨ ਆਇਆ ਜੀ। ਭਾਈ ਸਾਹਿਬ ਜੀ, ਗਰਾਊਂਡ ਲੈਵਲ ਜ਼ੀਰੋ, ਸਾਰਾ ਈਸਟ ਹਲਕਾ ਰੋਂਦੇ ਇਹਦੀ ਜਾਨ ਨੂੰ, ਸਾਰਾ ਈਸਟ ਹਲਕਾ। ਕਦੀ ਇਹਨਾਂ ਨੇ ਸੁੱਧ ਬੁੱਧ ਨਹੀਂ ਪੁੱਛੀ ਈਸਟ ਹਲਕੇ ਦੀ, ਉਲਟਾ ਇਹਨਾਂ ਦੇ ਜਿਹੜੇ ਕੌਂਸਲਰ ਹੈ ਇੱਥੇ, ਇਹਨਾਂ ਦਾ ਜਿਹੜਾ ਕੌਂਸਲਰ ਪੁੱਤਰ ਆ ਚਰਨਦੀਪ ਸਿੰਘ ਬੱਬਾ, ਉਹ ਇੱਥੇ ਕਬਜ਼ਾ ਕਰਦਾ ਪਿਆ ਵਾ ਬਿਲਡਿੰਗ ਦੇ। ਅਸੀਂ ਜਿਹੜਾ ਵਾ ਪ੍ਰਸ਼ਾਸਨ ਨੂੰ 50 ਜਗ੍ਹਾ ਦੱਸ ਚੁੱਕੇ ਆ ਕਿ ਇਹ ਧੱਕੇ ਜਾਈਆਂ ਕਰ ਰਿਹਾ, ਇਹਨੇ ਤੇਜ਼ਾਬ ਤੱਕ ਪਾਇਆ ਵਾ, ਲੈਂਟਰ ਤੱਕ ਪਾੜੇ ਆ, ਉਹਨਾਂ ਦਾ 28 ਸਾਲ ਤੋਂ ਡਿਪਾਰਟਮੈਂਟਲ ਸਟੋਰ ਚਲਾਉਂਦੇ ਆ ਰਹੇ ਆ। ਧੱਕੇਸ਼ਾਹੀ ਹੁੰਦੀ ਹੈ, ਇੱਕ ਨਹੀਂ 10 ਬਿਲਡਿੰਗਾਂ ਆਉਣਗੀਆਂ ਵਾਰਡ ਨੰਬਰ 45 'ਚ। 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਕਿੱਥੇ ਦੇਖਦੇ ਹੋ? ਭਾਈ ਸਾਹਿਬ ਜੀ, ਅਗਰ ਇਹਦੇ ਹੱਥ 'ਚ ਕਮਾਨ ਆਊਗੀ ਨਾ, ਬਾ ਬਾਂਦਰ ਦੇ ਹੱਥ ਦੇ ਵਿੱਚ ਮਾਚੀ ਸੀ ਡੱਬੀ ਫੜਾ ਤੀ, ਉਹਨੇ ਸਾਰੇ ਜੰਗਲ ਨੂੰ ਅੱਗ ਲਾ ਤੀ, ਇਹ ਅੱਗ ਲਾਉਣੀ ਆਇਆ ਜੇ ਤੁਹਾਡੀ ਕਾਂਗਰਸ ਪਾਰਟੀ ਦੇ। ਹਾਂਜੀ, ਇੱਥੇ ਸਿੱਧੂ ਸਾਹਿਬ ਬਸ ਉਹ ਸਟੰਟ ਹੈ ਜੀ ਰਾਜਨੀਤਿਕ, ਕਿ ਮੈਂ ਇੱਥੇ ਜੀ ਤੁਹਾਡਾ ਗੇਟ ਬਣਾ ਦਿੰਦਾ ਜੀ। ਹਾਂਜੀ, 4.5 ਸਾਲ ਸੁੱਤਾ ਸੀ ਤੂੰ, ਪਬਲਿਕ ਦਾ ਤਾਂ ਤੂੰ ਕਦੀ ਹਾਲ ਨਹੀਂ ਪੁੱਛਿਆ। ਹਾਂਜੀ, ਤੁਹਾਡੇ ਜਿਹੜਾ ਵਾ ਪ੍ਰਸ਼ਾਸਨ ਜਿਹੜਾ ਵਾ ਪਬਲਿਕ ਜਾਂਦੀ ਹੈ, ਉਹ ਮੈਂ 50 ਵਾਰੀ ਰਾਤ ਸੱਚ ਉਹਨੂੰ ਸਾਨੂੰ ਜਿਹੜਾ ਵਾ ਇਹ ਆਏ ਹੀ ਅੱਜ ਆ,
ਉੱਥੇ ਆਏ ਆ ਕੋਂਗਲੂਆ ਤੋਂ ਮਿੱਟੀ ਝਾੜ ਕੇ ਬਾਹਰ ਨਿਕਲ ਗਏ ਆ। ਇਹ ਜੀ ਧੱਕੇ ਛਾਈਆਂ ਬਿਲਕੁਲ ਬਰਦਾਸ਼ਤ ਨਹੀਂ ਹੋਣਗੀਆਂ, ਪਬਲਿਕ ਜਾਗ ਚੁੱਕੀ ਆ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਕਿ ਇਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਕਾਂਗਰਸ ਪਾਰਟੀ ਤੋਂ।